ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਨੂੰ ਦੀਵਾਲੀ ਤੇ ਬਹੁਤ ਹੀ ਸੋਹਣਾ ਤੋਹਫਾ ਦਿੱਤਾ ਹੈ। ਇਹ ਤੋਹਫਾ ਕੁਛ ਹੋਰ ਨਹੀਂ ਸਗੋਂ ਰੁਬੀਨਾ ਦੀ ਨਵੀਂ ਫਿਲਮ ਹੈ, ਜਿਸ ਨੂੰ ਕਿ ਨੀਰੂ ਬਾਜਵਾ ਦੀ ਪ੍ਰੋਡਕਸ਼ਨ ਹੀ ਪ੍ਰੋਡਿਊਸ ਕਰ ਰਹੀ ਹੈ। ਰੁਬੀਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਫਿਲਮ 'ਚ ਰੁਬੀਨਾ ਨਾਲ ਰੋਸ਼ਨ ਪ੍ਰਿੰਸ ਨਜ਼ਰ ਆਉਣਗੇ। ਬਿਊਟੀਫੁਲ ਬਿਲੋ ਟਾਈਟਲ ਹੇਟ ਬਣਨ ਵਾਲੀ ਇਸ ਫਿਲਮ ਨੂੰ ਡਾਇਰੈਕਟਰ ਅੰਮ੍ਰਿਤ ਰਾਜ ਚੱਡਾ ਕਰ ਰਹੇ ਹਨ। ਇਹ ਫਿਲਮ 24 ਅਪ੍ਰੈਲ 2020 'ਚ ਰਿਲੀਜ਼ ਕੀਤੀ ਜਾਵੇਗੀ। ਦੱਸ ਦਈਏ ਕਿ ਬਿਊਟੀਫੁਲ ਬਿਲੋ ਫਿਲਮ ਨੂੰ ਨੀਰੂ ਬਾਜਵਾ ਐਂਟਰਟੇਨਮੈਂਟ ਤੋਂ ਇਲਾਵਾ ਓਮਜੀ ਸਟਾਰ ਸਟੂਡੀਓ ਅਤੇ ਸਰੀਨ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨੀਰੂ ਬਾਜਵਾ ਨੇ ਰੁਬੀਨਾ ਬਾਜਵਾ ਲਈ ਫਿਲਮ ਮੁੰਡਾ ਹੀ ਚਾਹੀਦਾ ਬਣਾਈ ਸੀ। ਇਸ ਫਿਲਮ ਨੂੰ ਬਾਕਸ ਆਫਿਸ 'ਤੇ ਚੰਗਾ ਪਸੰਦ ਕੀਤਾ ਗਿਆ ਸੀ। ਹੁਣ ਦੋਵੇਂ ਭੈਣਾਂ ਦੀ ਜੋੜੀ ਬਿਊਟੀਫੁਲ ਬਿੱਲੋ ਲੈ ਕੇ ਆ ਰਹੀ ਹੈ।